ਚਿੱਟੇ ਨੂੰ ਅਸੀਂ ਚਿੱਟੇ ਦਾ ਨਾਸ਼ ਕਰੀਏ। 200 ਮੈਂਬਰ ਹੈਗਾ ਕਮੇਟੀ ਦਾ, ਇਹਦੇ 'ਚ 4 ਅਸੀਂ ਭਾਗਾਂ 'ਚ ਵੰਡਿਆ ਵਾ। ਨਸ਼ਾ ਰੋਕੂ ਨਿਗਰਾਨ ਕਮੇਟੀ ਇਸ ਨੂੰ ਨਾਂ ਦਿੱਤਾ ਗਿਆ। ਸਾਡਾ ਪਿੰਡ ਨਾ ਪਹਿਲਾਂ ਤੋਂ ਕ੍ਰਾਂਤੀਕਾਰੀ ਆ। ਅੱਜ ਤੋਂ ਪਹਿਲਾਂ 20 ਬੰਦਿਆਂ ਨੂੰ ਅਸੀਂ ਨਸ਼ੇ ਛਡਾ ਛੱਡੇ। ਜਿਹੜੇ ਮੁੰਡੇ ਸੀਗੇ ਬੈਟਰੀ ਚੱਕੀ ਸੀ, ਹੁਣ ਸਾਡੇ ਨਾਲ ਪਹਿਰਾ ਵੀ ਦੇ ਰਿਹਾ ਸੀ ਮੁੰਡਾ, ਉਹ ਨਸ਼ਾ ਛੱਡ ਕੇ ਆਇਆ ਬਾਈ। ਪਹਿਲਾਂ ਤਾਂ ਅਸੀਂ 3 ਗਰੁੱਪ ਬਣਾਏ ਜਿਹੜੇ ਅੱਡ ਅੱਡ ਕਾਰਵਾਈ ਕਰਦੇ ਹੈਗੇ ਆ। ਅਸੀਂ ਉਹਨਾਂ ਨੂੰ ਪਹਿਲਾਂ ਐਡਮਿਟ ਕਰਵਾਉਂਦੇ ਹਾਂ ਹਸਪਤਾਲ ਦੇ ਵਿੱਚ, ਜਾ ਕੇ ਉਹਦਾ ਇਲਾਜ ਕਰਵਾਉਂਦੇ ਹਾਂ, ਉਹਨੂੰ ਖੁਰਾਕ ਦਿੰਦੇ ਹਾਂ, ਜਦੋਂ ਪ੍ਰੋਪਰ ਤਰੀਕੇ ਨਾਲ ਜਮ੍ਹਾਂ ਨਸ਼ਾ ਛੱਡ ਜਾਂਦਾ ਫਿਰ ਅਸੀਂ ਉਹਨੂੰ ਪਿੰਡ ਲੈ ਕੇ ਆਉਂਦੇ ਹਾਂ। ਨਸ਼ੇ ਨੂੰ ਪਿੰਡਾਂ ਦੇ ਵਿੱਚੋਂ ਰੋਕਣ ਦੇ ਲਈ ਇੱਕ ਵੱਡਾ ਉਪਰਾਲਾ ਪਿੰਡ ਗੁਰੂਸਰ ਦੇ ਵੱਲੋਂ ਕੀਤਾ ਗਿਆ। ਇੱਕ ਵੱਖਰੀ ਕਮੇਟੀ ਬਣਾਈ ਗਈ ਹੈ ਜਿਹੜੀ ਕਮੇਟੀ ਪਿੰਡ ਦੇ ਵਿੱਚ ਹਰ ਆਉਣ ਜਾਣ ਵਾਲੇ 'ਤੇ ਨਜ਼ਰ ਰੱਖਦੀ ਹੈ। ਇੱਕ ਵਾਰ ਤਸਵੀਰਾਂ ਵੇਖ ਲਓ, ਰਾਤ ਦਾ ਟਾਈਮ ਆ ਔਰ ਰਾਤ ਦੇ ਟਾਈਮ ਪਿੰਡ ਦੇ ਜਿਹੜੇ ਨੌਜਵਾਨ ਨੇ, ਜਿਹੜੇ ਕਮੇਟੀ ਦੇ ਮੈਂਬਰ ਨੇ, ਹਰੇਕ ਜਿਹੜਾ ਵੀ ਵਹੀਕਲ ਪਿੰਡ ਦੇ ਵਿੱਚ ਦਾਖਲ ਹੁੰਦਾ ਉਸਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ, ਪੁੱਛਗਿੱਛ ਕੀਤੀ ਜਾਂਦੀ ਹੈ, ਪੁੱਛਿਆ ਜਾਂਦਾ ਹੈ ਕਿ ਬੰਦਾ ਕਿੱਥੋਂ ਆਇਆ, ਕਿੱਥੇ ਜਾਣਾ, ਵਹੀਕਲ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਤਾਂ ਨਹੀਂ। ਇਹ ਕਮੇਟੀ ਹੈ ਜਿਹੜੀ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਔਰ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਨੇ ਉਹ ਇਸ ਕਮੇਟੀ ਦੇ ਨਾਲ ਰਲੇ ਹੋਏ ਨੇ, ਕਮੇਟੀ ਦੇ ਨਾਲ ਕੰਮ ਕਰ ਰਹੇ ਨੇ। ਪੂਰੀ ਰਾਤ ਇਸ ਤਰ੍ਹਾਂ ਦੀ ਇਹਨਾਂ ਦੀ ਪੈਟਰੋਲਿੰਗ ਹੁੰਦੀ ਹੈ। ਆਪਾਂ ਗੱਲਬਾਤ ਵੀ ਕਮੇਟੀ ਮੈਂਬਰਾਂ ਦੇ ਨਾਲ ਕਰਦੇ ਹਾਂ। ਬਾਈ ਜੀ, ਕੀ ਨਾਮ ਹੈ ਤੁਹਾਡਾ, ਕਦੋਂ ਕਮੇਟੀ ਹੋਣ ਦੇ ਵਿੱਚ ਆਈ ਤੇ ਕਿਵੇਂ ਇਹ ਕਮੇਟੀ ਕੰਮ ਕਰਦੀ ਹੈ? ਇਹ ਸਾਡੀ ਜਿਹੜੀ ਕਮੇਟੀ ਹੈਗੀ 2 ਮਹੀਨੇ ਹੋ ਗਏ ਹੋਣ ਚ ਆਈ ਹੈ, ਤੇ ਅਸੀਂ ਤਨ ਦੇਈ ਨਾਲ ਸਾਰੇ ਬੰਦੇ ਆਪਣੇ ਜਿਹੜੀ ਕਮੇਟੀ ਮੈਂਬਰ ਹੈ, ਪਿੰਡ ਦਾ ਸਹਿਯੋਗ ਪੂਰਾ ਸਾਡਾ, ਤੇ ਪੂਰਾ ਅਸੀਂ ਤਨ ਦੇਈ ਨਾਲ ਕੰਮ ਕਰ ਰਹੇ ਹਾਂ। ਹਾਂਜੀ, ਕਿਸ ਤਰ੍ਹਾਂ ਵਰਕ ਕਰਦੀ ਹੈ ਕਮੇਟੀ, ਕਿਵੇਂ ਕੰਮ ਕਰਦੀ ਹੈ, ਕਿੰਨੀਆਂ ਟੀਮਾਂ ਨੇ, ਕਿੰਨੇ ਮੈਂਬਰ ਨੇ, ਕੀ ਪੂਰੀ ਜਾਣਕਾਰੀ ਹੈ? ਸਾਡੇ ਤਕਰੀਬਨ 200 ਮੈਂਬਰ ਹੈਗਾ ਕਮੇਟੀ ਦਾ, ਇਹਦੇ 'ਚ 4 ਅਸੀਂ ਭਾਗਾਂ 'ਚ ਵੰਡਿਆ ਵਾ। ਕੋਈ 4 ਘੰਟੇ 8 ਘੰਟੇ ਸੁਬਾਹ ਲਾ ਲੈਂਦੇ ਹਾਂ, ਫਿਰ 12 ਤੋਂ 8 ਹੋ ਜਾਂਦੇ ਹਾਂ, 8 ਤੋਂ 2 ਹੋ ਜਾਂਦੇ, 2 ਤੋਂ ਫਿਰ 10 ਤੱਕ ਹੋ ਜਾਂਦੇ ਹਾਂ। ਸਾਡੇ 4 ਭਾਗਾਂ 'ਚ ਟੀਮਾਂ ਵੰਡੀਆਂ ਹੋਈਆਂ। ਦੇਖੋ, ਬਕਾਇਦਾ ਕਾਰਡ ਨੇ ਜਿਹੜੇ ਉਹ ਕਮੇਟੀ ਵੱਲੋਂ ਬਣਾਏ ਗਏ ਨੇ, ਇਸ ਤਰ੍ਹਾਂ ਦੇ ਜਿਹੜੇ ਕਾਰਡ ਨੇ ਉਹ ਕਮੇਟੀ ਮੈਂਬਰਾਂ ਦੇ ਗੱਲਾਂ ਦੇ ਵਿੱਚ ਆਇਡੈਂਟੀ ਤੌਰ 'ਤੇ ਪਏ। ਨਸ਼ਾ ਰੋਕੂ ਨਿਗਰਾਨ ਕਮੇਟੀ ਇਸ ਨੂੰ ਨਾਂ ਦਿੱਤਾ ਗਿਆ। ਬਾਈ ਜੀ, ਮਨ 'ਚ ਆਈਡੀਆ ਕਿਵੇਂ ਆਇਆ ਕਿ ਸਰਕਾਰ ਕਹਿੰਦੀ ਸਿਆਵੇ ਤੌਰ 'ਤੇ ਐਫਰਟਸ ਕਰ ਰਹੇ ਹੈ, ਪੁਲਿਸ ਆਪਦੀ ਐਫਰਟਸ ਕਰ ਰਹੀ ਹੈ, ਪਿੰਡ ਵਾਲੇ ਕਿਵੇਂ ਜਾਗੇ? ਪਿੰਡ ਵਾਲੇ ਸਾਡੇ 80% ਫਰਕ ਪੈ ਗਿਆ ਜੀ ਜਦੋਂ ਦੇ ਅਸੀਂ ਇਹ ਕਮੇਟੀ ਚਲਾਈ ਹੋਈ ਹੈ ਜੀ। ਹਾਂਜੀ, ਸਾਰੇ ਸਹਿਯੋਗ ਦੇ ਰਹੇ, ਸਾਨੂੰ ਪੁਲਿਸ ਵੀ ਸਹਿਯੋਗ ਦੇ ਰਹੀ ਹੈ। ਹਾਂਜੀ ਹਾਂਜੀ ਬਾਈ, ਦਿਮਾਗ 'ਚ ਕਿਵੇਂ ਆਇਆ ਕਿ ਪਿੰਡ ਵਾਲੇ ਨੂੰ ਹੰਬਲਾ ਮਾਰਨਾ ਪੈਣਾ, ਹੁਣ ਪੁਲਿਸ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਰਹੀ, ਪਿੰਡਾਂ ਦੇ ਵਿੱਚ ਨਸ਼ਾ ਹੈਗਾ ਦਿਨੋਂ ਦਿਨ ਵੱਧ ਰਿਹਾ? ਦੇਖੋ ਦੋਸਤ, ਸਾਡਾ ਪਿੰਡ ਨਾ ਪਹਿਲਾਂ ਤੋਂ ਕ੍ਰਾਂਤੀਕਾਰੀ ਆ, ਠੀਕ ਹੈ ਨਾ। ਜੇ ਗੁਰੂ ਸਾਹਿਬ ਵੇਲੇ ਵੀ ਫੌਜਾਂ ਦੇ ਨਾਲ ਭਾਈ ਮੋਹਰੀ ਇੱਥੇ ਗੁਰੂ ਸਾਹਿਬ ਟਿੱਟੇ ਗਏ ਸੀ, ਉਦੋਂ ਬਾਅਦ ਗਦਰੀ ਲਹਿਰ ਚੱਲੀ, ਜਦੋਂ ਗਦਰੀ ਲਹਿਰ 'ਚ ਵੀ ਸਾਡੇ ਬੰਦੇ ਸੀਗੇ। ਜਿਹੜੀਆਂ ਵੀ ਲਹਿਰਾਂ ਚੱਲੀਆਂ, ਸਾਡਾ ਪਿੰਡ ਮੋਹਰੀ ਰੋਲ ਅਦਾ ਕਰਦਾ ਰਿਹਾ। ਨਸ਼ਿਆਂ ਦੇ ਸੰਬੰਧ ਸਾਨੂੰ ਪਤਾ ਸੀ ਵੀ ਸੈਂਟਰ ਨੇ ਨਸ਼ੇ ਫੈਲਾਏ ਆ ਵੀ ਪੰਜਾਬੀ ਗੱਭਰੂਆਂ ਨੂੰ ਖਰਾਬ ਕਰਨ ਵਾਸਤੇ, ਅਤੇ ਸਾਡੇ ਪਿੰਡ ਨੇ 'ਚ ਪਹਿਲਾਂ ਲਹਿਰ ਉੱਠੀ ਹੈ, ਇੱਥੇ ਹਜੇ ਪਿੰਡਾਂ 'ਚ ਇਹ ਬਣ ਰਹੀਆਂ। ਅਸੀਂ ਸਭ ਤੋਂ ਪਹਿਲਾਂ ਕਮੇਟੀ ਬਣਾਈ, ਸਫਲ ਵੀ ਸਾਡੀ ਕਮੇਟੀ ਆ। ਅੱਜ ਤੋਂ ਪਹਿਲਾਂ 20 ਬੰਦਿਆਂ ਨੂੰ ਅਸੀਂ ਨਸ਼ੇ ਛਡਾ ਛੱਡੇ ਹਾਂ, ਅਤੇ ਕਿੰਨੇ ਲੋਕ ਆ ਜਿਹੜੇ ਨਸ਼ਿਆਂ ਵਾਲੇ ਮੁੱਖ ਧਾਰਾ 'ਚ ਆਉਣ ਲਈ ਤਿਆਰ ਹੋਏ ਆ ਸਾਡੇ ਦਬਾਅ ਕਰਕੇ, ਵੀ ਅਸੀਂ ਵੱਧ ਤੋਂ ਵੱਧ ਦਬਾਅ ਪਾ ਰਹੇ ਹਾਂ
ਸਾਡੇ ਕਨਵੀਨਰ ਆ ਇਹ, ਆਪਣੇ ਤੁਹਾਡੇ ਪ੍ਰੈਸ ਰਿਪੋਰਟਰ ਵੀ ਆ। ਰਣਜੀਤ, ਕਮੇਟੀ ਵਰਕ ਕਿਵੇਂ ਕਰਦੀ ਹੈ, ਮੈਨੂੰ ਘੱਟ ਤੋਂ ਘੱਟ ਸਮਝਾਉਣ ਦੀ ਕੋਸ਼ਿਸ਼ ਕਰੋ, ਕਮੇਟੀ ਕਦੋਂ ਹੋਂਦ ਦੇ ਵਿੱਚ ਆਈ, ਵਰਕਿੰਗ ਸਟਾਈਲ ਕੀ ਹੈ ਅਤੇ ਕਿੰਨੇ ਟੋਟਲ ਮੈਂਬਰ ਨੇ ਕਿਹੜੇ ਕਮੇਟੀ ਨਾਲ ਜੁੜੇ ਨੇ? ਸੂਰਜ ਬਾਈ, ਧੰਨਵਾਦ ਤੁਹਾਡਾ, ਤੁਸੀਂ ਟਾਈਮ ਦਿੱਤਾ, ਇਸ ਵੇਲੇ ਆਏ ਹੋ। ਸਾਡੇ ਕਰੀਬ 150 ਦੇ ਕਰੀਬ ਜਿਹੜੇ ਮੈਂਬਰ ਹੈਗੇ ਆ, ਵੱਖ ਵੱਖ 3 ਗਰੁੱਪ ਬਣੇ ਹੋਏ ਨੇ, ਠੀਕ ਹੈ। ਕਾਰਵਾਈ ਗਰੁੱਪ ਬਣਿਆ ਹੋਇਆ, ਉਹਦੇ 'ਚ ਸਿਰਫ ਕਾਰਵਾਈ ਜਿਹੜੇ ਬੰਦਿਆਂ ਨੂੰ ਜ਼ਿਆਦਾ, ਮੰਨ ਲਓ ਇੱਕ ਇਨਫੋਰਮੇਸ਼ਨ ਸੀਕ੍ਰੇਟ ਰੱਖਣੀ ਪੈਂਦੀ ਹੈ ਜਦੋਂ ਕਾਰਵਾਈ ਕਰਨੀ ਹੈ ਬੰਦੇ ਨੂੰ ਫੜਨਾ, ਉਹ ਇੱਕ ਅਲੱਗ ਗਰੁੱਪ ਬਣਿਆ ਹੋਇਆ। ਉਦੋਂ ਬਾਅਦ ਮੈਡੀਕਲ ਗਰੁੱਪ ਆ ਜਾਂਦਾ ਜਿਹੜਾ ਦੇਖ ਰੇਖ ਕਰਦਾ ਮਰੀਜ਼ਾਂ ਵਾਸਤੇ ਲੈ ਕੇ ਆਉਂਦਾ, ਉਹ ਵੱਖਰੇ ਤੌਰ 'ਤੇ ਹੈ। ਇੱਕ ਸਹਿਯੋਗੀ ਟੀਮ ਆ ਪਿੰਡ ਦੀ, ਜਿਹੜੀ 'ਚ ਸਾਰੇ 117 ਮੈਂਬਰ ਆ ਬਾਈ, ਠੀਕ ਆ। ਉਹਦੇ 'ਚ ਡਾਕਟਰ ਤੋਂ ਲੈ ਕੇ ਜਿੰਨੇ ਵੀ ਹੈਗੇ ਆ ਪਿੰਡ ਦੇ ਹਰ ਕੋਨੇ ਤੋਂ ਬੰਦੇ ਆ, ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਸਮੇਂ ਸਮੇਂ 'ਤੇ, ਜਿਹੜਾ ਸੋਰਸ ਆ ਜਿਹੜਾ ਵੀ ਉੱਥੋਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਰਹਿੰਦੀ ਆ। ਸੂਰਜ, ਇੱਕ ਗੱਲ ਤੁਸੀਂ ਦੇਖੋ, ਤੁਸੀਂ ਪਿੰਡ 'ਚ ਆਏ ਹੋ, ਹੈ ਨਾ, ਤੁਸੀਂ ਦੇਖਿਆ ਹੋਣਾ ਵੀ 9:30 ਦਾ ਸਮਾਂ, ਅੱਗੇ ਤੁਸੀਂ ਪਿੰਡ 'ਚ ਕਿਸੇ ਜਾਓਗੇ ਤਾਂ ਤੁਹਾਨੂੰ ਸੱਥਾਂ 'ਚ ਜਾਂ ਕਿਤੇ ਟਹਿਰਾਂ ਬਹਿਰਾਂ ਦਿਸਣਗੀਆਂ ਬੈਠਿਆਂ ਦੀਆਂ, ਨੌਜਵਾਨਾਂ ਦੀਆਂ ਜਾਂ, ਹੈ ਨਾ। ਤਾਂ ਇਸ ਪਿੰਡ ਦੇ ਵਿੱਚ ਸ਼ਾਂਤੀ ਹੈ, ਸ਼ਾਂਤੀ ਇਸ ਕਰਕੇ ਹੈ ਕਿਉਂਕਿ ਸਾਰੇ ਪਿੰਡ ਨੇ ਬਈ ਵਧੀਆ ਸਹਿਯੋਗ ਦੇ ਨਾਲ ਕਮੇਟੀ ਬਣਾਈ ਆ। ਕਮੇਟੀ ਨਸ਼ਾ ਰੋਕੂ ਨਿਗਰਾਨ ਕਮੇਟੀ ਆ, ਅਸੀਂ ਸਿਰਫ ਅਤੇ ਸਿਰਫ ਚਿੱਟੇ ਨੂੰ ਲੈ ਕੇ ਚੱਲੇ ਹਾਂ। ਸਾਡਾ ਮਕਸਦ ਹੈ ਵੀ ਪਹਿਲਾਂ ਅਸੀਂ ਚਿੱਟਾ ਜਿਹੜਾ ਉਹਨੂੰ, ਚਿੱਟੇ ਨੂੰ ਅਸੀਂ ਚਿੱਟੇ ਦਾ ਨਾਸ਼ ਕਰੀਏ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਐਕਸਟਰਾ ਨਸ਼ੇ ਨੇ ਉਹਨਾਂ ਨੂੰ ਹੱਥ ਪਾਈਏ, ਪਹਿਲਾਂ ਸਾਡਾ ਚਿੱਟੇ 'ਤੇ ਆ ਬਈ। ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ, ਹੈ ਨਾ, ਕੋਈ ਵੀ ਆ ਕੇ ਇੱਥੇ ਚੈੱਕ ਕਰ ਸਕਦਾ, ਠੀਕ ਆ। ਜੋ ਅਸੀਂ ਗੱਲਾਂ ਕਰਾਂਗੇ, ਉਹਨਾਂ ਦਾ ਨਸ਼ਾ ਇਹ ਕਮੇਟੀ ਛਿੜਾ ਚੁੱਕੀ ਹੈ। ਮੈਂ ਵੇਖ ਰਿਹਾ ਸੀ ਪਿੱਛੇ ਜੀ ਵੀ ਕਾਫੀ ਲੋਕਾਂ ਨੂੰ ਹੋਸਪਿਟਲ 'ਚ ਐਡਮਿਟ ਕਰਾਇਆ ਸੀਗਾ, ਉਦੋਂ ਪੁਲਿਸ ਅਫਸਰ ਤੁਹਾਡੇ ਨਾਲ ਗਏ ਸੀ, ਕੀ ਵਾਕਿਆ ਉਹ ਨਸ਼ਾ ਛੱਡ ਗਿਆ ਔਰ ਸਹਿਯੋਗ ਪੁਲਿਸ ਦਾ ਕਿਸ ਤਰ੍ਹਾਂ ਦਾ ਰਹਿੰਦਾ? ਹਾਂ, ਜਦੋਂ ਆਪਾਂ ਪਿੱਛੇ ਜਾ ਕੇ ਆਏ ਹੈ ਨਾ, ਕਵਰੇਜ ਕੀਤੀ ਆ, ਤਾਂ ਤੁਸੀਂ ਦੇਖਿਆ ਹੋਣਾ ਉਹ 'ਚ ਜਿਹੜੇ ਮੁੰਡੇ ਸੀਗੇ ਬੈਟਰੀ ਚੱਕੀ ਸੀ, ਹੁਣ ਸਾਡੇ ਨਾਲ ਪਹਿਰਾ ਵੀ ਦੇ ਰਿਹਾ ਸੀ ਮੁੰਡਾ, ਉਹ ਨਸ਼ਾ ਛੱਡ ਕੇ ਆਇਆ ਬਈ। ਬੜਾ ਨਸ਼ਾ ਕਰਦਾ ਸੀ ਮੁੰਡਾ, ਉਹ ਨਸ਼ਾ ਛੱਡ ਕੇ ਆਇਆ, ਸਾਡੇ ਨਾਲ ਪਹਿਰਾ ਵੀ ਦੇ ਰਿਹਾ। ਤਾਂ ਹੁਣ ਤੱਕ ਨੀਅਰ ਅਬਾਊਟ 20 ਆ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਹਸਪਤਾਲ ਤੀਕਰ ਲੈ ਕੇ ਗਏ ਹਾਂ। ਉਹਦੇ ਵਿੱਚੋਂ ਵੀ ਜਿਹੜੇ ਜ਼ਿਆਦਾਤਰ ਮੁੰਡੇ ਆ ਉਹਨਾਂ ਨੇ ਨਸ਼ਾ ਛੱਡਿਆ ਬਈ। ਹਾਂ, ਇਹ ਨਹੀਂ ਵੀ ਸਾਨੂੰ 100% ਜੇ 20 ਦਾਖਲ ਕਰਾਏ ਆ ਤਾਂ ਉਹ 20 ਦੇ 20 ਨੇ ਛੱਡਿਆ ਹੋਊਗਾ, ਵਧੀਆ ਰਿਜ਼ਲਟ ਮਿਲਿਆ ਬਈ ਉਹਦੇ 'ਚੋਂ। ਤਾਂ ਜਿਹੜੇ ਇੱਕ ਚੀਜ਼ ਹੋਰ ਵੀ ਹੈ, ਜਦੋਂ ਬੰਦਾ ਇਸ ਪਾਸੇ ਆਉਂਦਾ, ਵੇਚਣ ਵਾਲੇ ਬੰਦੇ ਸੀ ਨਾ ਬਈ, ਜਿਹੜੇ ਵੇਚਣ ਆਏ ਸੀ, ਕਿਤੇ ਨਾ ਕਿਤੇ ਅਸੀਂ ਉਸ ਉਹਨਾਂ ਨੂੰ ਪ੍ਰੇਰਿਤ ਕਰਕੇ, ਜਿੰਨੇ ਭਰਾ ਸਾਡੇ ਸਹਿਯੋਗ ਕਰਦੇ ਆ, ਹੈ ਨਾ, ਉਹਨਾਂ ਦੇ ਗਾਂ ਲੈ ਕੇ ਆਏ ਆ, ਉਹਦੇ ਥਰੂ ਅਸੀਂ ਛਡਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਉਹ ਪੁੱਖ ਤਾਂ ਬਈ ਵਾਰੀ ਵਗੈਰਾ ਬੰਨਦੇ ਹੋ ਜਾਂ ਕਿਵੇਂ, ਕਿਸ ਤਰੀਕੇ ਨਾਲ ਤੁਹਾਡੀ ਟੀਮ ਚੱਲਦੀ ਹੈ? ਵਾਰੀ ਬੰਨਦੇ ਹੋ ਪੱਤੀ ਵਾਈਜ਼ ਕਿ ਉਵੇਂ, ਕਿਸ ਤਰੀਕੇ ਨਾਲ? ਨਹੀਂ, ਜਿਵੇਂ ਸਾਡੇ ਕਮੇਟੀ ਦੇ ਮੈਂਬਰ ਹੈਗੇ ਨੇ ਜੀ, 125 ਦੇ ਕਰੀਬ ਮੈਂਬਰ ਹੈਗੇ ਆ, ਅਤੇ ਅਸੀਂ ਉਹਨਾਂ ਨੂੰ ਨਾ ਅੱਡੋ ਅੱਡ ਸ਼ਿਫਟਾਂ ਦੇ ਵਿੱਚ ਵੰਡਿਆ ਹੋਇਆ ਹੈਗਾ। ਪਹਿਲਾਂ ਤਾਂ ਅਸੀਂ 3 ਗਰੁੱਪ ਬਣਾਏ ਜਿਹੜੇ ਅੱਡੋ ਅੱਡ ਕਾਰਵਾਈ ਕਰਦੇ ਹੈਗੇ ਆ। ਜਿਹੜਾ ਸਾਡਾ ਮੇਰੇ ਕੋਲ ਮੈਡੀਕਲ ਗਰੁੱਪ ਹੈਗਾ, ਉਹਦੇ 'ਚ ਅਸੀਂ ਕੀ ਕਰਨਾ, ਜਿਹੜੇ ਨਸ਼ੇ ਤੋਂ ਪੀੜਿਤ ਬੱਚੇ ਹੁੰਦੇ ਸਾਡੇ ਨਾਲ ਸੰਪਰਕ ਕਰਦੇ ਹੈਗੇ ਛੱਡਣ ਵਾਸਤੇ, ਅਸੀਂ ਉਹਨਾਂ ਨੂੰ ਪਹਿਲਾਂ ਐਡਮਿਟ ਕਰਵਾਉਂਦੇ ਹਾਂ ਹਸਪਤਾਲ ਦੇ ਵਿੱਚ ਜਾ ਕੇ, ਉਹਦਾ ਇਲਾਜ ਕਰਵਾਉਂਦੇ ਹਾਂ, ਉਹਨੂੰ ਖੁਰਾਕ ਦਿੰਦੇ ਹਾਂ। ਜੇ ਕੋਈ ਉਹੋ ਜਿਹਾ ਪਰਿਵਾਰ ਹੈਗਾ ਜਿਹਦੇ ਪਿੱਛੇ ਕੋਈ ਮੰਨ ਲਾ ਕਮਾਈ ਦਾ ਸਾਧਨ ਨਹੀਂ ਹੈਗਾ, ਅਸੀਂ ਪਰਿਵਾਰ ਨੂੰ ਵੀ ਹੈਲਪ ਕਰਦੇ ਹੈਗੇ ਹਾਂ, ਅਤੇ ਉਸ ਤੋਂ ਬਾਅਦ ਉਹਨੂੰ ਪੂਰਾ ਟ੍ਰੀਟਮੈਂਟ ਦੇ ਕੇ ਅਤੇ ਸੈਂਟਰ ਦੇ ਵਿੱਚ ਛੱਡ ਕੇ ਆਉਣੇ ਹੈਗੇ ਆ। ਜਦੋਂ ਪ੍ਰੋਪਰ ਤਰੀਕੇ ਨਾਲ ਜਮ੍ਹਾਂ ਨਸ਼ਾ ਛੱਡ ਜਾਂਦਾ, ਫਿਰ ਅਸੀਂ ਉਹਨੂੰ ਪਿੰਡ ਲੈ ਕੇ ਆਉਣੀ। ਬਿਲਕੁਲ, ਜਦੋਂ ਕਿ ਇਨਫੋਰਮੇਸ਼ਨ ਆਉਂਦੀ ਹੈ ਤਾਂ ਇਸ ਤਰ੍ਹਾਂ ਇਹਨਾਂ ਦੀ ਟੀਮ ਹੈ, ਜਿਵੇਂ ਹੁਣ ਕੁਝ ਮੈਂਬਰ ਗਏ ਨੇ, ਇਸ ਤਰ੍ਹਾਂ ਰਿਸਪੋਂਡ ਕਰਦੇ ਨੇ ਬਈ ਜੀ, ਜੇ ਕੋਈ ਪਤਾ ਲੱਗਦਾ ਵੀ ਇਸ ਜਗ੍ਹਾ 'ਤੇ ਆ ਕੇ ਸੰਦਿਗਧ ਬੰਦੇ ਤੁਹਾਨੂੰ ਮਿਲ ਗਏ, ਡਰੱਗਸ ਵਾਲੇ ਵੀ ਹੋ ਸਕਦੇ ਹੈ, ਕੋਈ ਗਲਤ ਆਂਸਰ ਹੋ ਸਕਦੇ ਹੈ, ਮੈਸੇਜ ਕਿਵੇਂ ਅੱਗੇ ਦੇ ਅੱਗੇ ਪਹੁੰਚਦਾ, ਕੀ ਸੋਰਸ ਹੈ? ਬਈ, ਜਿਵੇਂ ਮੰਨ ਲਓ ਇਹਦੇ 'ਚੋਂ ਮੈਂ ਮੈਸੇਜ ਪਾਏ ਵੀ ਆਪਣੇ, ਹੈ ਨਾ, ਇਹ ਮੈਸੇਜ ਪਾਏ ਵੀ ਆ, ਜਿਵੇਂ ਇਸ ਤਰੀਕੇ ਨਾਲ ਅਸੀਂ ਮੈਸੇਜ ਪਾਉਣੇ ਆ, ਹੈ ਨਾ। ਤਾਂ ਜਿਵੇਂ ਬਾਈ ਸਾਡੇ ਮੈਡੀਕਲ ਵਾਲੀ ਟੀਮ ਆ, ਉਹ ਦੇਖਦੀ ਉਸ ਤਰੀਕੇ ਨਾਲ।
ਵੀ ਨਾਲ ਦੀ ਨਾਲ ਰਿਪਲਾਈ ਹੁੰਦਾ ਸਾਡਾ, ਕੁਇਕ ਰਿਸਪੋਂਸ ਆ ਸਾਡਾ। ਇਹ ਜਿਹੜੀ ਐਕਸ਼ਨ ਟੀਮ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਐਕਸ਼ਨ ਟੀਮ ਦੇ ਵਿੱਚ ਸਾਡੇ 20 ਤੋਂ 25 ਜਣੇ ਆ ਬਾਈ। ਜਿਹੜੀ ਐਕਸ਼ਨ ਟੀਮ ਹੈ ਉਹਦਾ ਕੰਮ ਇਹ ਹੈ, ਜਦੋਂ ਜਿਵੇਂ ਹੁਣ ਆਪਣੀ ਟੀਮ ਗਈ ਆ ਉੱਧਰ, ਆਪਾਂ ਨੂੰ ਇਨਫੋਰਮੇਸ਼ਨ ਮਿਲੀ ਆ ਹੁਣ ਵੀ ਕੋਈ ਬੰਦਾ ਸੰਦਿਗਧ ਹੈਗਾ, ਹੈ ਨਾ, ਸ਼ੱਕੀ ਹੈਗਾ, ਤਾਂ ਉਸ ਪਾਸੇ ਨਹਿਰਾਂ 'ਤੇ ਜਿਹੜੀ ਟੀਮ ਗਈ ਆ ਹੁਣ ਆਪਾਂ ਨੂੰ ਵੱਧ ਤੋਂ ਵੱਧ ਇੱਕ ਅੱਧੇ ਮਿੰਟ 'ਚ ਉੱਥੋਂ ਰਿਸਪੋਂਸ ਆ ਜਾਣਾ ਵੀ ਕੀ ਗੱਲਬਾਤ ਹੋਈ ਹੈ ਸਾਰਾ ਕੁਛ। ਤਾਂ ਮੈਂ ਤੁਹਾਨੂੰ ਮੈਸੇਜ ਵੀ ਪਾਉਣਾ, ਤਾਂ ਮੈਸੇਜ ਆਪਾਂ ਪਾਵਾਂਗੇ ਤਾਂ ਅੱਗੋਂ ਕਨਵੇ ਵੀ ਹੋਊਗਾ। ਜੀ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਨਸ਼ਾ ਤਸਕਰਾਂ ਦਾ ਸਾਹਮਣਾ ਹੋ ਜਾਂਦਾ, ਪਿੱਛੇ ਵੇਖਿਆ ਤੁਹਾਡੇ ਵੀ ਸੱਟ ਲੱਗੀ ਸੀ, ਤੁਹਾਡੇ ਕੁਛ ਬੰਦੇ ਜ਼ਖਮੀ ਹੋ ਗਏ ਸੀ, ਮੇਰੇ ਖਿਆਲ 'ਚ ਫਾਇਰਿੰਗ ਤੱਕ ਦੀ ਨੌਬਤ ਇੱਕ ਵਾਰੀ ਆ ਗਈ ਸੀ। ਕੀ ਇੰਸੀਡੈਂਟ ਸੀ ਉਹ? ਅਸੀਂ ਇਸ ਤਰੀਕੇ ਨਾਲ ਹੀ ਸੀ ਬਈ, ਪਿੰਡ 'ਚ ਜਦੋਂ ਸ਼ੁਰੂ 'ਚ ਤੁਹਾਨੂੰ ਪਤਾ ਜਦੋਂ ਸ਼ੁਰੂ 'ਚ ਹੁੰਦਾ ਤਾਂ ਕੋਈ ਵੀ ਕੰਮ ਕਰੀਏ ਉਦੋਂ ਵਿਰੋਧ ਜ਼ਿਆਦਾ ਹੁੰਦਾ, ਤਾਂ ਉਹਨਾਂ ਨੂੰ ਸਮਝਾਉਣ ਦੀ ਅਸੀਂ ਕੋਸ਼ਿਸ਼ ਕੀਤੀ ਮੁੰਡਿਆਂ ਨੂੰ। ਉਹ ਜਦੋਂ ਪਿੰਡ 'ਚ ਐਂ ਭੱਜ ਰਹੇ ਸੀ, ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਇਹਦੇ ਕੋਲ ਕੋਈ ਨਸ਼ੀਲਾ ਪਦਾਰਥ ਹੈ, ਅਸੀਂ ਉਹਨਾਂ ਨੂੰ ਪਿਆਰ ਨਾਲ ਪਹਿਲਾਂ ਕਿਹਾ ਵੀ ਬਾਈ ਜੇ ਤੁਹਾਡੇ ਕੋਲ ਕੁਛ ਹੈਗਾ ਸਾਨੂੰ ਇਨਫੋਰਮੇਸ਼ਨ ਨਹੀਂ ਹੈ, ਰੁਕ ਜਾਓ। ਤਾਂ ਉਹਨੂੰ ਬਾਈ ਜੀ ਕਹਿ ਕੇ ਬੁਲਾਇਆ, ਤਾਂ ਬਾਈ ਉਹ ਮੋਟਰਸਾਈਕਲ ਭਜਾ ਲਿਆ। ਜਦੋਂ ਮੇਰੇ ਨਾਲ 2-3 ਮੁੰਡੇ ਹੋਰ ਸੀ, ਜਦੋਂ ਉਹਨਾਂ ਨੇ ਨਾਲ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਅੱਗੇ ਉਹਨੇ ਮੰਨ ਲਓ ਫੇਟ ਮਾਰਤੀ, ਉਹ ਨਾ ਡਿੱਗ ਪਿਆ, ਸੱਟ ਲੱਗੀ, ਮੇਰਾ ਮੋਢਾ ਫ੍ਰੈਕਚਰ ਲਿਆ। ਵੀ ਘਰੇ ਸਪੋਰਟ ਕਰਦੇ ਨੇ? ਘਰਦੇ ਕਹਿੰਦੇ ਅੱਗੇ ਕਰਦੇ ਤਾਂ ਨਹੀਂ ਕਹਿੰਦੇ ਯਾਰ ਕਿੱਧਰ ਜਾਵੜੇ ਤੁਸੀਂ ਰੋਜ਼ 11-11 12-12 ਵਜੇ ਆਉਂਦੇ ਹੋ, ਸਪੋਰਟ ਕਰਦੇ ਫੈਮਿਲੀ ਵਾਲੇ ਬਾਈ? ਨਹੀਂ, ਸਪੋਰਟ ਵਧੀਆ ਕਰਦੇ ਜੀ, ਕਰਦੇ ਤੇ ਵਧੀਆ, ਪਿੰਡ ਦਾ ਵੀ ਸਹਿਯੋਗ ਹੈ ਤੇ ਵਧੀਆ ਕਮੇਟੀ ਚੱਲ ਰਹੀ ਹੈ। ਬਹੁਤ ਲੋਕ ਜਿਹੜੇ ਨਸ਼ੇੜੀ ਸੀਗੇ ਨਸ਼ਾ ਛੱਡ ਗਏ, ਤੇ ਬਾਕੀ ਸਾਡਾ ਅੱਗੇ ਵੀ ਕੋਸ਼ਿਸ਼ ਰਹੂਗੀ ਵੀ ਜਿੰਨੇ ਵੀ ਅਸੀਂ ਦਾਖਲ ਕਰਾਉਂਦੇ ਹਾਂ ਖੁਰਾਕ ਦਿੰਦੇ ਹਾਂ ਸਾਰਾ ਕੁਛ ਕਰਦੇ ਹਾਂ, ਖਰਚਾ ਪਾਣੀ ਵੀ ਦਿੰਦੇ ਹਾਂ ਘਰੇ, ਵੀ ਚੰਗੇ ਤਰੀਕੇ ਨਾਲ ਅਸੀਂ ਪਿੰਡ ਦੇ ਜਿਹੜੇ ਨੌਜਵਾਨ ਗਲਤ ਰਾਹ ਪਏ ਆ ਉਹ ਨਸ਼ਾ ਛੱਡ ਸਕਣ ਅਤੇ ਉਹਨਾਂ ਨੂੰ ਰੁਜ਼ਗਾਰ ਵੱਲ ਵੀ ਲੈ ਕੇ ਜਾਈਏ। ਬਾਈ ਹੋਰ ਪਿੰਡਾਂ ਵੱਲ ਨੂੰ ਕੀ ਸੁਨੇਹਾ ਦਿਓਗੇ? ਤੁਸੀਂ ਨੌਜਵਾਨ ਇਕੱਠੇ ਹੋ ਗਏ, ਬਜ਼ੁਰਗ ਵੀ ਸਿਆਣੇ ਬੰਦੇ ਨਜ਼ਰ ਆ ਰਹੇ ਹੈ, ਹੋਰ ਪਿੰਡਾਂ ਦੇ ਉਹਨੂੰ ਕੀ ਸੁਨੇਹਾ ਦਿਓ ਕਿ ਇਸ ਤਰ੍ਹਾਂ ਦੀਆਂ ਕਮੇਟੀਆਂ ਬਣ ਜਾਣ, ਘੱਟੋ ਘੱਟ ਵੀ ਡਰੱਗਸ ਬੰਦ ਹੋ ਜਾਵੇ ਪਿੰਡਾਂ 'ਚ? ਹਾਂਜੀ, ਅਸੀਂ ਆਸੇ ਪਾਸੇ ਦੇ ਪਿੰਡਾਂ 'ਚ ਅਪੀਲ ਕਰ ਰਹੇ ਹਾਂ ਅਤੇ ਕੁਛ ਪਿੰਡ ਸਾਡੇ ਨਾਲ ਹਲਕਾ ਹਲਕਾ ਰਿਸਪੋਂਸ ਦਿੰਦੇ ਆ, ਸਾਨੂੰ ਇਨਫਾਰਮੇਸ਼ਨ ਦਿੰਦੇ ਆ। ਅਜੇ ਤੱਕ ਉਹ ਕਮੇਟੀਆਂ ਉਹਨਾਂ ਦੀਆਂ ਹੋਂਦ 'ਚ ਨਹੀਂ ਆਈਆਂ, ਬਟ ਆਨਲਾਈਨ ਟਾਈਮ 'ਚ ਸਾਨੂੰ ਉਮੀਦ ਹੈ ਵੀ 1-2 ਵੀਕ ਦੇ ਵਿੱਚ ਉਹ ਵੀ ਹੋਂਦ 'ਚ ਆਉਣਗੀਆਂ। ਅਤੇ ਆਸੇ ਪਾਸੇ ਦੇ ਪਿੰਡਾਂ ਦੇ ਜਿਹੜੇ ਲੋਕ ਆ, ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ, ਜਿਹੜੇ ਲੋਕ ਕੋਈ ਸਿਕਿਉਰਿਟੀ ਕਰਦੇ ਆ ਜਾਂ ਕੋਈ ਰੋਜ਼ ਜਾਣ ਆਉਣ ਵਾਲੇ ਆ ਰਸਤੇ 'ਚ, ਉਹ ਸਾਨੂੰ ਬਹੁਤ ਵਧੀਆ ਰਿਸਪੋਂਸ ਦਿੰਦੇ ਆ, ਕਹਿੰਦੇ ਯਾਰ ਤੁਹਾਡੇ ਕਰਕੇ ਤਾਂ ਅਸੀਂ ਬਹੁਤ ਵਧੀਆ ਸਫ਼ਰ ਕਰ ਲੈਂਦੇ ਹਾਂ, ਅੱਗੇ ਸਾਨੂੰ ਡਰ ਲੱਗਦਾ ਸੀ, ਹੁਣ ਸਾਨੂੰ ਕਦੇ ਕੋਈ ਡਰ ਨਹੀਂ ਲੱਗਦਾ। ਸਾਡੇ ਨਾਲ ਦਾ ਪਿੰਡ ਸੁਹਾਗ ਆਈ, ਲਾਸਟ ਵੀਕ ਉੱਥੇ ਟੂਰਨਾਮੈਂਟ ਹੋਇਆ ਸੀ, ਉੱਥੇ ਇੱਕ ਬੰਦਾ ਸਿਕਿਉਰਿਟੀ ਦਿੰਦਾ ਸੀ, ਉਹ ਵਿਚਾਰਾ ਸਾਡੇ ਪਿੰਡ ਦੀ ਟੀਮ ਨੂੰ ਕਹਿੰਦਾ ਵੀ ਯਾਰ ਤੁਹਾਡੇ ਕਰਕੇ ਮੈਂ ਇੱਥੇ ਸੌਣ ਲੱਗ ਗਿਆ। ਪਹਿਲਾਂ ਕਹਿੰਦਾ ਮੈਂ ਸਾਈਕਲ ਸਿਕਿਉਰ ਇੱਥੇ ਸਿਕਿਉਰਿਟੀ 'ਤੇ ਆਉਂਦਾ ਅਤੇ ਸਾਈਕਲ ਨਾਲ ਨਾਲ ਰੱਖਦਾ, ਹੁਣ ਕਹਿੰਦਾ ਜਦੋਂ ਦੀ ਤੁਹਾਡੇ ਪਿੰਡ ਟੀਮ ਬਣੀ ਹੈ ਕਹਿੰਦਾ ਯਾਰ ਮੈਂ ਬਹੁਤ ਹੀ ਵਧੀਆ ਆਰਾਮਦਾਰੀ ਨਾਲ ਅਤੇ ਹੌਸਲੇ ਨਾਲ ਸਿਕਿਉਰਿਟੀ ਦਿੰਦਾ ਇੱਥੇ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਬਿਲਕੁਲ ਕੋਈ ਦੋ ਰਾਏ ਨਹੀਂ ਹੈ, ਚੰਗੀ ਪਹਿਲ ਪਿੰਡ ਦੀ ਜ਼ਰੂਰ ਹੈ। ਪਿੰਡ ਦੇ ਨੌਜਵਾਨ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ ਖਾਸ ਤੌਰ 'ਤੇ ਨਸ਼ੇ ਨੂੰ ਲੈ ਕੇ ਉਹਨਾਂ ਮਾਮਲਿਆਂ ਨੂੰ ਦੇਖਦੀ ਹੈ। ਪਿੰਡ ਦੇ ਵਿੱਚ ਕੋਈ ਨਸ਼ੇ ਵਾਲਾ ਬੰਦਾ ਦਾਖਲ ਨਾ ਹੋਵੇ, ਕੋਈ ਨਸ਼ੇੜੀ ਨਾ ਹੋਵੇ, ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਹੋਸਪਿਟਲ 'ਚ ਐਡਮਿਟ ਕਰਾਇਆ ਔਰ ਕਿਤੇ ਨਾ ਕਿਤੇ ਜਾ ਕੇ ਸ਼ਲਾਘ ਇਸ ਪਿੰਡ ਦੀ ਕਮੇਟੀ ਦੀ ਜ਼ਾਹਿਰ ਤੌਰ 'ਤੇ ਜ਼ਰੂਰ ਬਣਦੀ ਹੈ। ਸੂਰਜ ਭਾਨ, ਨਿਊਜ਼ 18 ਪੰਜਾਬ, ਪਿੰਡ ਗੁਰੂਸਰ, ਮੁਕਤਸਰ।